ਵੈਰੀ ਇਮੋਸ਼ਨਲ ਅਤੇ ਸਾਰੇ ਜਣੇ ਸਾਰੇ ਇਮੋਸ਼ਨਲ ਨੇ ਜਦੋਂ ਹੀ ਸਾਰੇ ਸਿਨੇਮੇ 'ਚੋਂ ਬਾਹਰ ਨਿਕਲੇ ਤੁਸੀਂ ਅੱਖਾਂ 'ਚ ਸਾਰੇ ਦੇ ਨੋਟਿਸ ਕਰ ਹੀ ਲਿਆ ਹੁਣ ਸੱਚੀ ਅਸੀਂ ਆਪਣੇ ਆਪ ਨੂੰ ਮੈਂ ਕੁਲਵਿੰਦਰ ਗੱਡਾ ਨਹੀਂ ਸੀ ਦੇਖ ਰਿਹਾ ਮੈਂ ਸੱਚੀ ਬਹੁਤ ਹੈਪੀ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣਿਆ ਪੰਜਾਬੀਅਤ ਨਾਲ ਪੰਜਾਬੀ ਕਲਚਰ ਨਾਲ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੀ ਸਾਰੀ ਫੈਮਿਲੀ ਮਤਲਬ ਪੰਜਾਬੀ ਕਲਚਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ ਸਾਡੀਆਂ ਨਾ ਪੰਜਾਬੀ ਦੀਆਂ ਫਿਲਮਾਂ ਇੰਨੀਆਂ ਵਧੀਆ ਸਾਰੀਆਂ ਫਿਲਮਾਂ ਇੰਨੀਆਂ ਵਧੀਆ ਨਹੀਂ ਹੁੰਦੀਆਂ ਵੀ ਸਾਡਾ ਦੇਖਣ ਨੂੰ ਦਿਲ ਹੀ ਨਹੀਂ ਕਰਦਾ ਸੋ ਮਨਾਉਣ ਦੀ ਗੱਲ ਤਾਂ ਦੂਰ ਘੁੱਗੀ ਭਾਅ ਜੀ ਨੇ ਜਿਹੜਾ ਪੇਰੈਂਟਸ ਵਾਲਾ ਰੋਲ ਕੀਤਾ ਹੈ ਮੈਂ ਰੂਪੀ ਨੇ ਜਿਹੜਾ ਰੋਲ ਕੀਤਾ ਹੈ ਮਾਂ ਵਾਲਾ ਉਹ ਕਮਾਲ ਦੇ ਰੋਲ ਬਹੁਤ ਅੱਛੇ ਰੋਲ ਫਿਲਮਾਂ ਦੇ ਵਿੱਚ ਬਹੁਤ ਘੱਟ ਫਿਲਮਾਂ ਇੱਦਾਂ ਦੀਆਂ ਦੇਖੀਆਂ ਹੋਣਗੀਆਂ ਜਿਹਦੇ ਵਿੱਚ ਬਹੁਤ ਸਾਰੇ ਕਨਸੈਪਟ ਮਿਲਾ ਕੇ ਇੱਕ ਸਟੋਰੀ ਨਾਲ ਜੋੜੇ ਜਾਣ ਸੋ ਮੇਰੇ ਖਿਆਲ ਦੇ ਵਿੱਚ ਆਪਣੇ ਆਪ ਦੇ ਵਿੱਚ ਸਟੋਰੀ ਯੂਨੀਕ ਹੈ ਚੰਗੀਆਂ ਫਿਲਮਾਂ ਨੂੰ ਆਈ ਥਿੰਕ ਇੱਕ ਓਪਨ ਮਾਇੰਡ ਨਾਲ ਬਣਾਉਣਾ ਚਾਹੀਦਾ ਫਰਾਈਡੇ ਦਾ ਫੇਟ ਸੋਚੇ ਬਿਨਾਂ ਵਧੀਆ ਫਿਲਮਸ ਤਾਂ ਹੀ ਬਣ ਸਕਦੀਆਂ ਨੇ ਜੇ ਤੁਸੀਂ ਪਲੱਸ ਮਾਈਨਸ ਕੀ ਹੋਏਗਾ ਉਹਨੂੰ ਘਰ ਰੱਖ ਕੇ ਇੱਕ ਚੰਗੀ ਫਿਲਮ ਅਟੈਂਪਟ ਕਰੋ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀਦਾ ਸਾਰਿਆਂ ਦੀ ਅੱਖਾਂ ਨਮ ਹੋਈਆਂ ਦੇਖ ਕੇ ਮੈਨੂੰ ਲੱਗਿਆ ਕਿ ਅਸੀਂ ਸਾਡੀ ਸਾਰੀ ਟੀਮ ਕਾਮਯਾਬ ਹੋਈ ਆਪਣਾ ਇੱਕ ਸਿਨੇਮਾ ਇੱਕ ਚੰਗੇ ਸਿਨੇਮੇ ਦੀ ਆਪਾਂ ਸਾਰੇ ਗੱਲਾਂ ਕਰਦੇ ਕਿ ਚੰਗਾ ਸਿਨੇਮਾ ਆਉਣਾ ਚਾਹੀਦਾ ਚੰਗੇ ਕੌਨਸੈਪਟ ਆਉਣੇ ਚਾਹੀਦੇ ਨੇ ਸਾਡੇ ਆਪਣੀ ਕਹਾਣੀ ਸੀ ਸਾਡੇ ਲੋਕਾਂ ਦਾ ਦਰਦ ਸੀ ਜੋ ਅਸੀਂ ਲੈ ਕੇ ਆਏ ਮੈਂ ਸੱਚੀ ਲਿਟਰਲੀ ਗੱਲ ਕਰਦਾ ਮੈਂ ਜਦੋਂ ਇਹ ਕਰੈਕਟਰ ਪਲੇ ਕਰ ਰਿਹਾ ਸੀ ਮੈਨੂੰ ਖੁਦ ਮੇਰਾ ਕੀ ਸਾਰੇ ਕਰੈਕਟਰ ਮੈਨੂੰ ਐਂ ਲੱਗਦਾ ਸੀ ਵੀ ਕਿਸੇ ਇਹ ਸੱਚੀ ਮਿੱਚੀ ਤੇਜ਼ੀ ਹੈ ਕੋਈ ਸ਼ਿਫਤੇ ਨਾਂ ਦੀ ਕੋਈ ਕੁੜੀ ਹੈ ਮਹਿਤਾਬ ਸਿੰਘ ਹੈ ਸੱਚੀ ਅਸੀਂ ਆਪਣੇ ਆਪ ਨੂੰ ਮੈਂ ਕੁਲਵਿੰਦਰ ਗੱਡਾ ਨਹੀਂ ਸੀ ਦੇਖ ਰਿਹਾ ਮੈਂ ਸੱਚੀ ਬਹੁਤ ਹੈਪੀ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣਿਆ ਹਾਂਜੀ ਬਿਲਕੁਲ ਜੋੜਦੀ ਹਾਂ ਪੰਜਾਬੀਅਤ ਨਾਲ ਪੰਜਾਬੀ ਕਲਚਰ ਨਾਲ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੀ ਸਾਰੀ ਫੈਮਿਲੀ ਮਤਲਬ ਪੰਜਾਬੀ ਕਲਚਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ ਸੋ ਅਨਫੋਰਚੁਨੇਟਲੀ ਬਟ ਸਾਰਿਆਂ ਦਾ ਇਹ ਹਾਲ ਨਹੀਂ ਹੈ ਅੱਜ ਲੋਕ ਇੰਨੇ ਲੱਕੀ ਨਹੀਂ ਗਏ ਬਟ ਅਸੀਂ ਪੂਰੀ ਤਰ੍ਹਾਂ ਜੋੜ ਕੇ ਰੱਖ ਸਤਿ ਸ਼੍ਰੀ ਅਕਾਲ ਜੀ ਮੈਂ ਲਵ ਅਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਪਲੱਸ ਟੀਵੀ ਚੱਲ ਜਿੰਦੀ ਹੈ ਫਿਲਮ ਦਾ ਪ੍ਰੀਮੀਅਰ ਹੋ ਚੁੱਕਾ ਹੈ ਅਤੇ ਸ਼ਿਵਜੋਤ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਵੀਰੇ ਹੋਰ ਠੀਕ ਠਾਕ ਹੋ ਆਪਣੀ ਫਿਲਮ ਦੇਖ ਕੇ ਆਇਓ ਚੱਲ ਜਿੰਦੀ ਹੈ ਕਿਵੇਂ ਦੀ ਲੱਗੀ ਵੈਰੀ ਇਮੋਸ਼ਨਲ ਅਤੇ ਸਾਰੇ ਜਣੇ ਸਾਰੇ ਇਮੋਸ਼ਨਲ ਨੇ ਜਦੋਂ ਹੀ ਸਾਰੇ ਸਿਨੇਮੇ 'ਚੋਂ ਬਾਹਰ ਨਿਕਲੇ ਤੁਸੀਂ ਅੱਖਾਂ 'ਚ ਸਾਰਿਆਂ ਦੇ ਨੋਟਿਸ ਕਰ ਹੀ ਲਿਆ ਹੁਣ ਸੋ ਬਹੁਤ ਮਜ਼ਾ ਆਇਆ ਜੀ ਫਿਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੋਗੇ ਕਿਵੇਂ ਦੀ ਲੱਗੀ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ ਸਟੋਰੀ ਬਾਕਮਾਲ ਹੈ ਜੀ ਬਹੁਤ ਸਾਰੇ ਕਰੈਕਟਰਸ ਨੇ ਅਤੇ ਸਾਰਿਆਂ ਦੀਆਂ ਕਹਾਣੀਆਂ ਨੇ ਇੰਨੇ ਰੰਗ ਨੇ ਕਿ ਹਰ ਬੰਦੇ ਨੂੰ ਉਹਦੇ ਵਿੱਚੋਂ ਜਿਵੇਂ ਕਿ ਆਪਣੇ ਪੇਰੈਂਟਸ ਨੂੰ ਵੀ ਆਪਣੇ ਨਾਲ ਰਿਲੇਟ ਕਰਨ ਲਈ ਕੁਛ ਨਾ ਕੁਛ ਮਿਲੇਗਾ ਯੰਗ ਵੰਸ ਨੂੰ ਵੀ ਉਹਦੇ ਨਾਲ ਰਿਲੇਟ ਕਰਨ ਲਈ ਕੁਛ ਨਾ ਕੁਛ ਮਿਲੇਗਾ ਜਦੋਂ ਇਮੋਸ਼ਨਸ ਮੈਚ ਹੁੰਦੇ ਨੇ ਫਿਰ ਦੇਖਣ ਦਾ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਫਿਲਮ ਦੀ ਮਤਲਬ ਹਰ ਕਿਸੇ ਨੇ ਕਰੈਕਟਰ ਬਹੁਤ ਹੀ ਵਧੀਆ ਪਲੇ ਕੀਤਾ ਆ ਬਟ ਕੁਲਵਿੰਦਰ ਬਿੱਲਾ ਜੀ ਬਾਰੇ ਕੀ ਕਹਿਣਾ ਚਾਹੋਗੇ ਸਪੈਸ਼ਲੀ ਦੇਖੋ ਅਸੀਂ ਡੇਲੀ ਵਿਚਰਦੇ ਹਾਂ ਤਾਂ ਬੜਾ ਮਾਣ ਮਹਿਸੂਸ ਹੋਇਆ ਉਹਨਾਂ ਨੇ ਬਖੂਬੀ ਸਾਰੇ ਸੀਨ ਜੋ ਫਰਮਾਏ ਐਕਟ ਕੀਤਾ ਬਾ ਕਮਾਲ ਵਧਾਈ ਦੀ ਪਾਤਰ ਹੈ ਜੀ ਸਾਰੀ ਟੀਮ ਅਤੇ ਬਹੁਤ ਬਹੁਤ ਮੁਬਾਰਕਾਂ ਚੱਲ ਜਾਂਦੀਆਂ ਦੀ ਸਾਰੀ ਟੀਮ ਠੀਕ ਹੈ ਜੀ ਅਤੇ ਮੈਂ ਨਾ ਹਮੇਸ਼ਾ ਮਤਲਬ ਇੱਕ ਨਾ ਮਿਥ ਆ ਕਿ ਪੰਜਾਬੀ ਇੰਡਸਟਰੀ 'ਚ ਜਿਹੜਾ ਸਿੰਗਰ ਆ ਉਹ ਐਕਟਰ ਵੀ ਬਣਦਾ ਆ ਅਤੇ ਤੁਹਾਡਾ ਕੋਈ ਇੱਦਾਂ ਦਾ ਆਉਣ ਵਾਲਾ ਪ੍ਰੋਜੈਕਟ ਹੈਗਾ ਜਾਂ ਤੁਸੀਂ ਕਦੀ ਐਕਟਿੰਗ ਲਾਈਨ 'ਚ ਜਾਓਗੇ ਬਿਲਕੁਲ ਜੀ ਸ਼ੂਟ ਹੋ ਰਿਹਾ ਜਲਦੀ ਅਨਾਊਂਸ ਕਰਕੇ ਦੱਸਾਂਗੇ ਵਿਦ ਰਿਲੀਜ਼ ਡੇਟ ਅਤੇ ਟਾਈਟਲ ਅਤੇ ਸਰਪ੍ਰਾਈਜ਼ ਆ ਵਿਦ ਇਨ ਅ ਵੀਕ ਔਰ ਟੂ ਕਰਦੇ ਹਾਂ ਰਿਵੀਲ ਅਤੇ ਜਾਂਦੇ ਜਾਂਦੇ ਦੋ ਲਾਈਨਾਂ ਪਲਾਜ਼ੋ ਗਾਣੇ ਦੀ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀਦਾ ਇਹ ਸਭ ਤੋਂ ਪਹਿਲਾਂ ਸਟਾਲਰ ਹੋਣੀ ਦੱਸਣਗੇ ਫਿਲਮ ਬਾਰੇ ਅਸੀਂ ਇਕੱਠੇ ਬੈਠ ਕੇ ਦੇਖੀ ਆ ਅਤੇ ਅਸੀਂ ਸਾਰੀ ਫਿਲਮ 'ਚ ਗੱਲ ਕਰਦੇ ਰਹੇ ਵਾਰੀ ਵਾਰੀ ਸਟਾਲਰ ਜੀ ਵਾਕਈ ਬਹੁਤ ਕਮਾਲ ਦੀ ਫਿਲਮ ਹੈਗੀ ਪੰਜਾਬੀ ਸਿਨੇਮੇ ਨੂੰ ਖਾਸ ਕਰਕੇ ਪੰਜਾਬੀ ਦਰਸ਼ਕਾਂ ਨੂੰ ਜੀ ਸਿਆਣੀ ਅਤੇ ਇੱਦਾਂ ਪੰਜਾਬ ਨਾਲ ਜੁੜੇ ਫਿਲਮ ਦੀ ਬਹੁਤ ਜ਼ਰੂਰਤ ਸੀਗੀ ਅਤੇ ਇਹ ਪੰਜਾਬ ਨਾਲ ਜੁੜੇ ਅਤੇ ਪੰਜਾਬ ਨਾਲ ਜਿਹੜੇ ਟੁੱਟੇ ਹੋਏ ਲੋਕ ਨੇ ਸਾਰਿਆਂ ਦੀ ਉਹਨਾਂ ਦੀ ਫਿਲਮ ਹੈਗੀ ਇਹ ਅਤੇ ਮੈਨੂੰ ਲੱਗਦਾ ਘਰ ਘਰ ਦੀ ਫਿਲਮ ਮੰਗੀ ਹੈ ਇਸ ਵੇਲੇ ਕਿਉਂਕਿ ਹਰ ਬੰਦਾ ਪੰਜਾਬ ਤੋਂ ਟੁੱਟਣ ਦੀ ਜਾਂ ਕਿਵੇਂ ਨਾ ਕਿਵੇਂ ਜਿਹੜੇ ਬਾਹਰ ਖੜੇ ਬੈਠੇ ਨੇ ਉਹ ਜੁੜਨ ਦੀ ਕੋਸ਼ਿਸ਼ 'ਚ ਨੇਗੇ ਅਤੇ ਇਹ ਫਿਲਮ ਉਹਨਾਂ ਨੂੰ ਜੋੜੂਗੀ ਜ਼ਰੂਰ ਅਤੇ ਜਿਨ੍ਹਾਂ ਨੇ ਇਹ ਫਿਲਮ ਬਣਾਈ ਆ ਪ੍ਰੋਡਿਊਸਰ ਸਾਹਿਬ ਹਾਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵੀ ਹੈ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਭਾਜੀ ਨੇ ਗੱਲ ਬਿਲਕੁਲ ਸਹੀ ਕਹੀ ਆ ਵੀ ਇਹ ਘਰ ਘਰ ਦੀ ਕਹਾਣੀ ਆ ਜਦੋਂ ਇਹਦਾ ਮੈਂ ਸਬਜੈਕਟ ਸੁਣਿਆ ਸੀ ਤਾਂ ਮੈਨੂੰ ਇੱਦਾਂ ਲੱਗ ਰਿਹਾ ਸੀ ਵੀ ਮੇਰੇ ਇਹ ਖੁਦ ਦੀ ਕਹਾਣੀ ਆ ਬਿਕਾਜ਼ ਮੈਂ ਵੀ ਜਦੋਂ ਉੱਥੇ ਗਿਆ ਸੀ ਅਸੀਂ ਗਏ ਸੀ ਸਿਰਫ 2 ਸਾਲ ਲਈ ਗਏ ਸੀ ਅੱਜ 40 ਸਾਲ ਹੋ ਗਏ ਮੇਰੇ ਕੋਲ ਤਾਂ ਵਾਪਸ ਆਇਆ ਨਹੀਂ ਗਿਆ ਸੋ ਉੱਥੇ ਜਾਣਾ ਹਰ ਇੱਕ ਯੰਗਸਟਰ ਮੰਗਦਾ ਹੈ ਉੱਥੇ
ਪਰ ਉੱਥੇ ਕੁਛ ਨਾ ਕੁਛ ਸਾਨੂੰ ਪ੍ਰਾਈਜ਼ ਪੇ ਕਰਨੇ ਪੈਂਦੇ, ਇੰਨਾ ਈਜ਼ੀ ਨਹੀਂ ਆ ਲਾਈਫ। ਹਾਂ ਲਾਈਫ ਹੈਗੀ ਆ ਬੈਟਰ, ਬਟ ਉੱਥੋਂ ਦੇ ਮਾਹੌਲ, ਉੱਥੋਂ ਦਾ ਸਿਸਟਮ, ਉਹਨਾਂ ਨੂੰ ਅਡਾਪਟ, ਜਿੱਦਾਂ ਬੱਚਿਆਂ ਦਾ ਸੀਗਾ, ਘੁੱਗੀ ਭਾਅ ਜੀ ਦੇ ਬੱਚਿਆਂ ਦਾ ਕਿਰਦਾਰ ਆ ਇਹਦੇ ਵਿੱਚ, ਸੋ ਇਟਸ ਟੋਟਲੀ ਡਿਫਰੈਂਟ ਹੈਗਾ ਆਪਣੇ ਪੰਜਾਬ ਨਾਲੋਂ। ਉਹ ਬੱਚਿਆਂ ਦਾ ਵੀ ਕੋਈ ਕਸੂਰ ਨਹੀਂ ਗਾ, ਬਿਕੋਜ਼ ਉੱਥੋਂ ਦੇ ਮਾਹੌਲ ਦੇ ਵਿੱਚ ਪਲੇ ਆ। ਜਿੱਦਾਂ ਹੁਣ ਸਾਡੇ ਮਾਂ ਪਿਓ ਪਹਿਲਾਂ ਪਾਕਿਸਤਾਨ ਤੋਂ ਆਏ ਸੀ, ਉਹ ਸਾਨੂੰ ਕਿੰਨਾ ਕਹਿੰਦੇ ਪਾਕਿਸਤਾਨ, ਪਰ ਅਸੀਂ ਉਹਦੇ ਨਾਲ ਕਦੀ ਨਹੀਂ ਜੁੜ ਸਕਦੇ, ਆਪਾਂ ਸਿਰਫ ਇਹੀ ਕਹਾਂਗੇ ਅਸੀਂ ਪੰਜਾਬ ਦੇ ਹਾਂ। ਹੁਣ ਬਾਹਰਲੇ ਬੱਚੇ ਕਦੀ ਨਹੀਂ ਕਹਿਣਗੇ, ਜਿੰਨਾ ਮਰਜ਼ੀ ਕਹਿ ਦਿਓ ਵੀ ਇੱਥੇ ਤੁਹਾਡਾ ਪਿੰਡ ਆ, ਉਹਨਾਂ ਦਾ ਤਾਂ ਉਹੀ ਪਿੰਡ ਆ। ਸੋ ਇਹ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸਟੋਰੀ ਦੇ ਥਰੂ। ਸਾਡੀਆਂ ਨਾ ਪੰਜਾਬੀ ਦੀਆਂ ਫਿਲਮਾਂ ਇੰਨੀਆਂ ਵਧੀਆ, ਸਾਰੀਆਂ ਫਿਲਮਾਂ ਇੰਨੀਆਂ ਵਧੀਆ ਨਹੀਂ ਹੁੰਦੀਆਂ ਵੀ ਸਾਡਾ ਦੇਖਣ ਨੂੰ ਦਿਲ ਹੀ ਨਹੀਂ ਕਰਦਾ। ਸੋ ਬਣਾਉਣ ਦੀ ਗੱਲ ਤਾਂ ਦੂਰ, ਕਿਉਂਕਿ ਅਸੀਂ ਲੋਕਾਂ ਨੇ ਜੇ ਫਿਲਮਾਂ ਬਣਾਉਣੀਆਂ ਨੇ, ਬਣਾਉਣ ਦਾ ਮਨ ਕਿੱਥੋਂ ਕਰਨਾ, ਸਾਡਾ ਦੇਖਣ ਨੂੰ ਹੀ ਨਹੀਂ ਦਿਲ ਕਰਦਾ ਹੁੰਦਾ। ਪਰ ਇੱਦਾਂ ਦੀ ਜਿਵੇਂ ਦੀ ਇਹ ਫਿਲਮ ਹੈ, ਇਹ ਵੇਖ ਕੇ ਇੱਕ ਇੱਕ ਸੀਨ ਦੇ ਵਿੱਚ ਮੈਸੇਜ ਸੀਗਾ, ਅਤੇ ਜਿਵੇਂ ਐਕਟਰ ਨੇ, ਸਾਰੇ ਐਕਟਰਾਂ ਨੇ ਤਾਂ ਕਮਾਲ ਕੀਤਾ ਹੀ ਕੀਤਾ ਹੈ, ਪਰ ਜਿਹੜੀ ਰਾਈਟਰ ਅਤੇ ਡਾਇਰੈਕਟਰ ਦੀ ਜੋੜੀ ਬਣੀ ਹੈ, ਜਿਵੇਂ ਰਾਈਟਰ ਨੇ ਲਿਖਿਆ ਅਤੇ ਡਾਇਰੈਕਟਰ ਨੇ ਉਹਨੂੰ ਫਿਲਮਾਇਆ, ਕਮਾਲ ਹੀ ਕਰਦਾ। ਇਹ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ। ਨਹੀਂ, ਬਹੁਤ ਜਾਣੇ ਦੇਖ ਰਹੇ ਸੀ, ਆਪਾਂ ਰੋਂਦੇ ਨਿਕਲੇ ਆ ਬਾਹਰ। ਬਹੁਤ ਸੋਹਣਾ ਕੰਸੈਪਟ ਹੈ, ਸੋਹਣਾ ਕੰਮ ਕੀਤਾ ਸਾਰਿਆਂ ਨੇ, ਜਿੰਨਾ ਮਤਲਬ ਉਮੀਦ ਤੋਂ ਜ਼ਿਆਦਾ ਵਧੀਆ। ਜਿਵੇਂ ਆਪਾਂ ਸੋਚਦੇ ਹੁੰਦੇ ਨਾ, ਜਿੰਨਾ ਇੱਕ ਮਨ 'ਚ ਕਰੈਕਟਰ ਬਣੇ ਹੁੰਦੇ ਆ ਬੰਦਿਆਂ ਦੇ, ਪਰ ਉਹਨਾਂ ਤੋਂ ਜ਼ਿਆਦਾ ਵਧੀਆ ਇਹਨਾਂ ਨੇ ਬਹੁਤ ਬਖੂਬੀ ਨਾਲ ਨਿਭਾਇਆ। ਜੋਬਨ ਸੰਧੂ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਨੇ, ਸਰ ਸਤਿ ਸ਼੍ਰੀ ਅਕਾਲ। ਸਰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਿਵੇਂ ਦੇ ਲੱਗੀ? ਟੂ ਗੁੱਡ ਮੂਵੀ ਆ, ਮਤਲਬ ਕਿ ਬਹੁਤ ਸੋਹਣਾ ਕੰਸੈਪਟ ਆ, ਬਹੁਤ ਸੋਹਣਾ ਐਕਟ ਆ ਸਾਰੀ ਟੀਮ ਦਾ, ਔਰ ਬਹੁਤ ਮਿਹਨਤ ਲੱਗੀ ਆ, ਬਹੁਤ ਬਹੁਤ ਸੋਹਣੀ, ਬਹੁਤ ਜ਼ਿਆਦਾ ਸੋਹਣੀ ਲੱਗੀ ਮੂਵੀ ਸੀਰੀਅਸਲੀ। ਫਿਲਮ ਦੀ ਸਟੋਰੀ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਸਟੋਰੀ ਇਹ ਕਹਿ ਲਓ ਕਿ ਇਹ ਸੱਚ ਆ, ਅੱਜ ਦਾ ਸੱਚ ਆ ਕਹਿ ਲਓ, ਅੱਜ ਤੋਂ 10-20 ਸਾਲ ਪੁਰਾਣਾ ਸੱਚ ਕਹਿ ਲਓ, ਜੋ ਸਾਡੇ ਪੁਰਾਣੇ ਕਹਿ ਲਓ ਕਿ ਪੰਜਾਬੀ ਗਏ ਬਾਹਰ, ਉਹਨਾਂ ਦੀ ਕਹਾਣੀ ਹੈ, ਜੋ ਅੱਜ ਵੀ ਜਾ ਰਹੇ ਨੇ ਉਹਨਾਂ ਦੀ ਕਹਾਣੀ ਹੈ, ਜੋ ਅੱਜ ਤੋਂ 10 ਸਾਲ ਪਹਿਲਾਂ ਗਏ ਉਹਨਾਂ ਦੀ ਕਹਾਣੀ ਹੈ। ਸੋ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਵੇਂ ਤੁਸੀਂ ਨਵੇਂ ਗਏ ਹੋ ਬਾਹਰ, ਭਾਵੇਂ ਤੁਸੀਂ ਪੁਰਾਣੇ ਗਏ ਹੋਏ ਹੋ ਜੀ ਬਾਹਰ, ਭਾਵੇਂ ਤੁਸੀਂ ਇੱਧਰ ਰਹਿੰਦੇ ਹੋ, ਤੁਹਾਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ, ਔਰ ਖਾਸ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਮੂਵੀ ਦਿਖਾਉਣੀ ਚਾਹੀਦੀ ਹੈ। ਮਤਲਬ ਕਿ ਮੈਨੂੰ ਬਹੁਤ ਕਮਾਲ ਦੀ ਮੂਵੀ ਲੱਗੀ ਫਿਲਮ ਦੇ ਵਿੱਚ ਨਾ, ਇੱਕ ਖਾਸ ਮੈਸੇਜ ਦੇਖਣ ਨੂੰ ਮਿਲਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਆਪਾਂ ਕਈ ਵਾਰੀ ਇਹ ਗੱਲਾਂ ਕਰਦੇ ਹੁੰਦੇ ਹਾਂ ਕਿ ਯਾਰ ਵੀ ਚੰਗੀਆਂ ਮੂਵੀਆਂ ਬਣਦੀਆਂ ਨਹੀਂ ਹੈਗੀਆਂ, ਜੇ ਚੰਗੀਆਂ ਮੂਵੀਆਂ ਬਣਦੀਆਂ ਨੇ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਹੈਗੀ, ਹੈ ਨਾ, ਉਹ ਕਮਰਸ਼ੀਅਲ ਨਹੀਂ ਉੱਦਾਂ ਕਰ ਪਾਉਂਦੀਆਂ, ਬਟ ਇਹ ਮੂਵੀ ਉਸ ਲੈਵਲ ਦੀ ਹੈਗੀ ਹੈ, ਚੰਗੀ ਮੂਵੀ ਬਣੀ ਹੈ। ਸੋ ਮੈਸੇਜ ਇਹਦੇ ਵਿੱਚ ਇਹੀ ਹੈ ਕਿ ਜਿੰਨਾ ਤੁਸੀਂ ਆਪਣੇ ਕਹਿ ਲਓ ਕਿ ਆਪਣੇ ਪੇਰੈਂਟਸ ਦਾ ਖਿਆਲ ਰੱਖਦੇ ਹੋ, ਉਹ ਤੁਹਾਨੂੰ ਓਨਾ ਵੱਧ ਕੇ ਤੁਹਾਨੂੰ ਮਿਲਦਾ ਆ, ਜੇ ਤੁਸੀਂ ਉਹੀ ਮਾੜਾ ਬਿਹੇਵ ਕਰਦੇ ਹੋ ਤਾਂ ਕਰਮਾ ਜਿਹੜਾ ਆ ਉਹ ਤੁਹਾਨੂੰ ਬੈਕ ਉਹ ਕਰਦਾ ਹੈ ਨਾ। ਸੋ ਇਹੀ ਹੈ ਕਿ ਇੱਕ ਬਹੁਤ ਸੋਹਣਾ ਕੰਸੈਪਟ ਆ, ਬਹੁਤ ਸੋਹਣਾ ਐਕਟ ਕੀਤਾ ਹੈ ਬਾਈ ਬਿੱਲੇ ਹੋਰਾਂ ਨੇ, ਅਤੇ ਬਾਈ ਜਸ ਬਾਜਵੇ ਨੇ, ਬਾਈ ਆਪਣਾ ਘੁੱਗੀ ਵੀਰੇ ਨੇ, ਅਤੇ ਨੀਰੂ ਬਾਜਵਾ ਮੈਮ ਨੇ, ਬਹੁਤ ਸੋਹਣਾ ਐਕਟ ਹੈ, ਸਾਰੀ ਟੀਮ ਦਾ ਬਹੁਤ ਸੋਹਣਾ ਐਕਟ ਹੈ, ਔਰ ਕੰਸੈਪਟ ਵਾਈਜ਼ ਡਿਫਰੈਂਟ ਕੰਸੈਪਟ, ਔਰ ਸਟੋਰੀ ਵਾਈਜ਼ ਸਕਰੀਨ ਪਲੇ ਡਾਇਲੋਗ ਐਵਰੀਥਿੰਗ ਇਜ਼ ਗੁੱਡ, ਵੈਰੀ ਗੁੱਡ। ਵੈਸੇ ਤਾਂ ਮਤਲਬ ਸਭ ਨੇ ਬਾਕਮਾਲ ਐਕਟਿੰਗ ਕੀਤੀ ਹੈ, ਬਿਲਕੁਲ ਜੀ। ਤੁਹਾਡਾ ਫੇਵਰਿਟ ਕੈਰੈਕਟਰ ਜੇ ਕਹਿ ਦੇਵੇ ਤਾਂ ਕਿਹੜਾ ਸੀ ਫਿਲਮ ਦੇ ਵਿੱਚ? ਦੇਖੋ, ਫੇਵਰਿਟ ਉੱਦਾਂ ਨਹੀਂ, ਹਰੇਕ ਨੇ ਆਪੋ ਆਪਣਾ ਕਿਰਦਾਰ ਨਿਭਾਇਆ ਆ, ਠੀਕ ਹੈ। ਕੁਲਵਿੰਦਰ ਬਿੱਲੇ ਬਾਈ ਦਾ ਆਪਣਾ ਇੱਕ ਚੁਲਬਲਾ ਕਿਰਦਾਰ ਹੈ, ਬਾਅਦ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਮਾਹੌਲ ਹੋਰ ਹਿਸਾਬ ਦਾ ਹੋ ਜਾਂਦਾ ਹੈ। ਫਿਰ ਜਸ ਬਾਜਵੇ ਬਾਈ ਦਾ ਜਿਹੜਾ ਮਹਿਤਾਬ ਵਾਲਾ ਕਰੈਕਟਰ ਹੈ, ਉਹ ਵੀ ਬਹੁਤ ਕਮਾਲ ਦਾ ਕਰੈਕਟਰ। ਸੋ ਆਪਣੇ ਆਪਣੇ ਸਾਰਿਆਂ ਦੇ ਕਰੈਕਟਰ, ਘੁੱਗੀ ਭਾਅ ਜੀ ਨੇ ਜਿਹੜਾ ਪੇਰੈਂਟਸ ਵਾਲਾ ਰੋਲ ਕੀਤਾ ਹੈ, ਮੈਮ ਰੂਪੀ ਨੇ ਜਿਹੜਾ ਰੋਲ ਕੀਤਾ ਹੈ ਮਾਂ ਵਾਲਾ, ਉਹ ਕਮਾਲ ਦੇ ਰੋਲ, ਬਹੁਤ ਅੱਛੇ ਰੋਲ। ਸਾਡੇ ਨਾਲ ਸੰਦੀਪ ਬਰਾੜ ਜੀ, ਬਹੁਤ ਮਸ਼ਹੂਰ ਸਿੰਗਰ ਨੇ, ਮੌਜੂਦ ਨੇ, ਅਤੇ ਆਓ ਉਹਨਾਂ ਦਾ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਫਿਲਮ ਕਿਵੇਂ ਲੱਗੀ? ਮੈਨੂੰ ਤਾਂ ਫਿਲਮ ਬਹੁਤ ਵਧੀਆ ਲੱਗੀ ਜੀ, ਕਿਉਂਕਿ ਮੈਂ ਖੁਦ ਪਿਛਲੇ 2 ਸਾਲਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੇਖ ਕੇ ਆਇਆ। ਮੈਂ ਕੈਨੇਡਾ ਦਾ PR ਹੈ, ਸੋ ਮੈਂ ਸਾਰੀਆਂ ਚੀਜ਼ਾਂ ਇਹ ਉੱਥੇ ਘਰ ਘਰ ਦੇ ਵਿੱਚ ਇੱਦਾਂ ਦੇ ਸਬਜੈਕਟ ਬਹੁਤ ਪਏ ਨੇ, ਸੋ ਉਹ ਮੈਨੂੰ ਲੱਗਦਾ ਕਿ ਇਹ ਜਿਹੜੀਆਂ 5-4 ਸਟੋਰੀਜ਼ ਨੇ, ਕਿਤੇ ਨਾ ਕਿਤੇ ਇਹ ਬਹੁਤ ਘਰਾਂ ਦੀ ਕਹਾਣੀ ਨੇ, ਜਿਵੇਂ ਜਿਵੇਂ ਲੋਕ ਦੇਖਣਗੇ ਹਮੇ ਮੈਨੂੰ ਲੱਗਦਾ ਲਾਈਕ ਕਰਨਗੇ। ਮਤਲਬ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਡੀਅੰਸ ਜਿਹੜੀ ਫਿਲਮ ਦੇਖੇਗੀ ਕਿਤੇ ਨਾ ਕਿਤੇ ਰਿਲੇਟ ਕਰ ਪਾਏਗੀ ਆਪਣੇ? ਬਿਲਕੁਲ ਜੀ ਬਿਲਕੁਲ, ਮੇਰੇ ਖਿਆਲ ਦੇ ਵਿੱਚ ਯੂਥ ਵੀ ਆਪਣੇ ਨਾਲ ਇਹ ਚੀਜ਼ਾਂ ਰਿਲੇਟ ਕਰੂਗਾ, ਫੈਮਿਲੀਜ਼ ਕਰਨਗੀਆਂ, ਸਾਰੇ ਬੰਦੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਨਾਲ ਰਿਲੇਟ ਕਰਨਗੇ। ਸਟੋਰੀ ਦੇਖੋ, ਮੈਨੂੰ ਲੱਗਦਾ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਘੱਟ ਫਿਲਮਾਂ ਇੱਦਾਂ ਦੀਆਂ ਦੇਖੀਆਂ ਹੋਣਗੀਆਂ ਜਿਹਦੇ ਵਿੱਚ ਬਹੁਤ ਸਾਰੇ ਕੰਸੈਪਟ ਮਿਲਾ ਕੇ ਇੱਕ ਸਟੋਰੀ ਨਾਲ ਜੋੜੇ ਜਾਣ। ਸੋ ਮੇਰੇ ਖਿਆਲ ਦੇ ਵਿੱਚ ਆਪਣੇ ਆਪ ਦੇ ਵਿੱਚ ਸਟੋਰੀ ਯੂਨੀਕ ਹੈ। ਗਾਣੇ ਬਿਲਕੁਲ ਨਵੇਂ ਨਵੇਂ ਅੱਗੇ ਤਿਆਰ ਨੇ, ਗਾਣੇ ਮੈਂ ਕਰਦਾ ਰਹਿੰਦਾ, ਕੋਈ ਗਾਣਾ ਤੁਹਾਡੇ ਬਹੁਤ ਜ਼ਿਆਦਾ ਹਿੱਟ ਹੋ ਜਾਂਦੇ ਆ, ਕੋਈ ਨੋਰਮਲ ਰਹਿ ਜਾਂਦੇ ਆ, ਸੋ ਇਹ ਤਾਂ ਕੋਸ਼ਿਸ਼ ਹੈ।
ਇਸ ਟਾਈਮ ਸਾਡੇ ਨਾਲ ਮੌਜੂਦ ਨੇ ਓਮ ਜੀ ਸਟਾਰ ਦੇ ਮਨੀਸ਼ ਸਾਹਨੀ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤਾਂ ਮੂਵੀ ਕਿਵੇਂ ਦੀ ਲੱਗੀ, ਮੂਵੀ ਦੇਖ ਕੇ ਆ ਰਹੇ ਤੁਸੀਂ? ਬਹੁਤ ਵਧੀਆ ਜੀ, ਬਹੁਤ ਡਿਫਰੈਂਟ ਫਿਲਮ ਹੈ, ਬਹੁਤ ਇੱਕ ਮੈਸੇਜ ਜਿਹੜਾ ਐਂਟਰਟੇਨਿੰਗ ਵੇ ਨਾਲ ਦਿੱਤਾ ਗਿਆ। ਸੋ ਇਹੀ ਫਿਲਮਾਂ ਦੀ ਜ਼ਰੂਰਤ ਹੈ ਪੰਜਾਬੀ ਇੰਡਸਟਰੀ ਨੂੰ, ਬਹੁਤ ਅਲੱਗ ਫਿਲਮ ਹੈ। ਨਹੀਂ ਨਹੀਂ ਬਿਲਕੁਲ ਕੀਤੇ ਨੇ ਜੀ, ਚੰਗੀਆਂ ਫਿਲਮਾਂ ਨੂੰ ਆਈ ਥਿੰਕ ਇੱਕ ਓਪਨ ਮਾਇੰਡ ਨਾਲ ਬਣਾਉਣਾ ਚਾਹੀਦਾ, ਫਰਾਈਡੇ ਦਾ ਫੇਟ ਸੋਚੇ ਬਿਨਾ। ਕੋਈ ਵਧੀਆ ਫਿਲਮ ਤਾਂ ਹੀ ਬਣ ਸਕਦੀਆਂ ਨੇ ਜੇ ਤੁਸੀਂ ਪਲੱਸ ਮਾਈਨਸ ਕੀ ਹੋਏਗਾ ਉਹਨੂੰ ਘਰ ਰੱਖ ਕੇ ਇੱਕ ਚੰਗੀ ਫਿਲਮ ਅਟੈਂਪਟ ਕਰੋ। ਡੈਫੀਨੇਟਲੀ ਜਦੋਂ ਆਪਾਂ ਕਿਸੇ ਅਲੱਗ ਕੋਈ ਵੀ ਦੁਨੀਆ 'ਚ ਕੋਈ ਵੀ ਅਲੱਗ ਚੀਜ਼ ਕਰਨ ਜਾਂਦੇ ਹਾਂ ਉਹ ਇੱਕ ਰਿਸਕ ਹੁੰਦਾ, ਬਟ ਜਦੋਂ ਰਿਸਕ ਰਿਵਾਰਡ 'ਚ ਕਨਵਰਟ ਹੁੰਦਾ ਉਦੋਂ ਬਹੁਤ ਵਧੀਆ ਲੱਗਦਾ। ਬਿਲਕੁਲ ਕਰੇਗੀ ਜੀ, ਮੈਨੂੰ ਲੱਗਦਾ ਕਿ ਇਹ ਪੰਜਾਬ 'ਚ ਇੰਟਰਨੈਸ਼ਨਲੀ ਬਹੁਤ ਬਹੁਤ ਇੱਕ ਬਹੁਤ ਉਹ ਸਬਜੈਕਟ ਹੈ ਜਿਹੜਾ ਬਹੁਤ ਕਾਮਨ ਸਬਜੈਕਟ ਹੈ, ਅਸੀਂ ਰੂਟੀਨ 'ਚ ਦੇਖਦੇ ਵੀ ਇਸ ਸਬਜੈਕਟ ਨੂੰ, ਮਹਿਸੂਸ ਵੀ ਕਰਦੇ ਹਾਂ। ਸੋ ਇੱਕ ਰਿਐਲਿਟੀ ਦੇ ਬਹੁਤ ਨਜ਼ਦੀਕ ਦੀ ਫਿਲਮ ਹੈ। ਨਹੀਂ ਸਾਰੇ ਕਰੈਕਟਰਸ ਬਹੁਤ ਵਧੀਆ ਨੇ ਜੀ, ਜੇ ਅਸੀਂ ਕਿਸੇ ਇੱਕ ਕਰੈਕਟਰ ਦੀ ਗੱਲ ਕਰ ਦਾਂਗੇ ਮੈਨੂੰ ਲੱਗਦਾ ਕਿ ਆਪਾਂ ਫਿਲਮ ਨਾਲ ਇਨਜਸਟਿਸ ਕਰ ਰਹੇ ਹਾਂ। ਸਾਰੇ ਕਰੈਕਟਰ ਬਖੂਬੀ ਬਹੁਤ ਕਮਾਲ ਕੰਮ ਕੀਤਾ। ਇਸ ਟਾਈਮ ਸਾਡੇ ਨਾਲ ਮੌਜੂਦ ਨੇ ਜੀ ਖਾਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ, ਕਿਵੇਂ? ਭਾਈ ਫਿਲਮ ਦੇਖ ਕੇ ਆ ਰਹੇ ਹੋ, ਕਿਵੇਂ? ਮੈਨੂੰ ਬਹੁਤ ਵਧੀਆ ਲੱਗੀ ਭਾਅ ਜੀ, ਬਹੁਤ ਸਟੋਰੀ ਬਾਰੇ ਕੀ ਕਹਿਣਾ ਚਾਹੁੰਦੇ? ਸਟੋਰੀ ਅਲੱਗ ਆ, ਸਭ ਤੋਂ ਚਮਾ ਘੈਂਟ ਸਟੋਰੀ ਹੈ, ਨਿਊ ਸਟੋਰੀ ਆ, ਔਰ ਇਹ ਨਹੀਂ ਕਿ ਰਿਪੀਟ ਮੈਂ ਕਦੇ ਦੇਖੀ ਹੋਊਗੀ। ਮੂਵੀ ਬਹੁਤ ਬਾਕਮਾਲ ਆ, ਅਤੇ ਜਿਵੇਂ ਹਰ ਇੱਕ ਬੰਦੇ ਨੂੰ ਜਿਹੜਾ ਕਰੈਕਟਰ ਦਿੱਤਾ ਗਿਆ ਉਹ ਬਿਲਕੁਲ ਪਰਫੈਕਟ ਦਿੱਤਾ ਗਿਆ। ਜਿਵੇਂ ਸਪੈਸ਼ਲੀ ਜਸ ਬਾਜਵਾ ਵੀਰੇ ਨੂੰ ਜਿਹੜਾ ਕਰੈਕਟਰ ਮਿਲਿਆ ਉਹ ਬਿਲਕੁਲ ਇੱਕ ਲਾਈਫ ਦੇ ਵਿੱਚ ਜਿੱਦਾਂ ਦੇ ਅਸਲ ਦੇ ਵਿੱਚ ਨੇ ਉੱਦਾਂ ਦਾ ਹੈ ਨਾ ਉਹ, ਅਤੇ ਬਾਕੀ ਜਿਹੜੀ ਸਟੋਰੀ ਹੈਗੀ ਜਿਵੇਂ ਲਾਈਕ ਹਰੇਕ ਬੰਦਾ ਸੋਚਦਾ ਵੀ ਉਹਦੀ ਐਂਡਿੰਗ ਬਹੁਤ ਪਰਫੈਕਟ ਹੋਣੀ ਚਾਹੀਦੀ ਆ, ਬਟ ਵਾਕਈ ਜਿਹੜੀ ਕਈ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਦੇ ਸਫ਼ਰ ਨੇ ਜਿਹੜੇ ਅਧੂਰੇ ਹੀ ਰਹਿ ਜਾਂਦੇ ਨੇ, ਉਹ ਕਹਾਣੀਆਂ ਪੂਰ ਨਹੀਂ ਚੜ੍ਹਦੀਆਂ। ਅਤੇ ਫਿਲਮ ਦੇ ਵਿੱਚ ਜਿਹੜਾ ਪ੍ਰੋਪਰ ਤੁਸੀਂ ਐਂ ਲਾ ਲਓ ਵੀ ਸ਼ੁਰੂ ਤੋਂ ਲੈ ਕੇ ਐਂਡਿੰਗ ਤੱਕ ਜਿਹੜੇ ਕਰੈਕਟਰ ਜਾਂ ਜਿਹੜੇ ਡਾਇਲੋਗ ਜਾਂ ਜਿਹੜਾ ਮਿਊਜ਼ਿਕ ਪਾਰਟ ਆ ਉਹ ਬਿਲਕੁਲ ਐਨ ਪਰਫੈਕਟ ਟਾਈਮਿੰਗ 'ਤੇ ਪਰਫੈਕਟ ਜਗ੍ਹਾ 'ਤੇ ਸੀ। ਅਤੇ ਜਦੋਂ ਬੰਦਾ ਥੀਏਟਰ 'ਚੋਂ ਬਾਹਰ ਨਿਕਲੇ ਨੂੰ ਵੀ ਹੁਣ ਮੈਨੂੰ ਲੱਗਦਾ 10 ਮਿੰਟ ਹੋ ਗਏ ਹੋਣੇ, ਅਤੇ ਹਲੇ ਵੀ ਹਾਰਟ ਬੀਟਾਂ ਨੇ ਜਿਹੜੀਆਂ ਉਹ ਨੋਰਮਲ ਨਹੀਂ ਹੋਈਆਂ। ਤੁਸੀਂ ਸੋਚ ਕੇ ਦੇਖੋ ਵੀ ਇੱਦਾਂ ਦੀ ਜਿਹੜੀ ਮੂਵੀ ਆ ਉਹ ਲੋਕਾਂ ਦੇ ਵਿੱਚ ਕਿਵੇਂ ਘਰ ਕਰਕੇ ਜਾਊਗੀ। ਅਤੇ ਬਾਕੀ ਮੈਂ ਤਾਂ ਇਹੀ ਸਾਰਿਆਂ ਨੂੰ ਸਲਾਹ ਦਿੰਦਾ ਵੀ ਜ਼ਰੂਰ ਆਪਣੀ ਫੈਮਿਲੀ ਨਾਲ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਦੇਖਣ ਆਓ, ਚੱਲ ਜਾਂਦੀ ਹੈ, ਬਹੁਤ ਬਾਕਮਾਲ ਮੂਵੀ ਆ, ਬਹੁਤ ਟਾਈਮ ਬਾਅਦ ਇੰਨੀ ਸੋਹਣੀ ਮੂਵੀ ਦੇਖਣ ਨੂੰ ਮਿਲੀ। ਬਹੁਤ ਵਧੀਆ ਫਿਲਮ ਹੈ ਬਾਈ, ਮਤਲਬ ਅਰਦਾਸ ਤੋਂ ਬਾਅਦ ਅਗਰ ਤੁਸੀਂ ਕਹੋਗੇ ਨਾ ਕਿ ਕੋਈ ਵਧੀਆ ਇਮੋਸ਼ਨਲ ਡਰਾਮਾ ਵੇਖਣ ਨੂੰ ਮਿਲਿਆ ਜਿਹੜਾ ਰੀਅਲ ਚੀਜ਼ਾਂ ਨੇ, ਰੀਅਲ ਤੱਥਾਂ 'ਤੇ ਬੇਸ ਆ, ਮੈਨੂੰ ਲੱਗਦਾ ਆਹ ਫਿਲਮਾਂ ਸਕਸੈਸਫੁਲ ਹੋਣੀਆਂ ਬਹੁਤ ਜ਼ਰੂਰੀ ਨੇ। ਸੋ ਅਰਦਾਸ ਤੋਂ ਬਾਅਦ ਅਗਰ ਕੋਈ ਬਹੁਤ ਇਮੋਸ਼ਨਲ ਫਿਲਮ ਲੱਗੀ ਹੈ ਤਾਂ ਮੈਨੂੰ ਇਹ ਲੱਗੀ ਜਿਹਨੇ ਬਹੁਤ ਜ਼ਿਆਦਾ ਰਵਾਇਆ ਹੈ। ਸੋ ਆਈ ਥਿੰਕ ਸੋ ਵਨ ਆਫ ਦੀ ਬੈਸਟ ਮੂਵੀ ਆਫ ਦੀ ਈਅਰ ਹੈ।